ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਜਲੰਧਰ ਵਿਖੇ ਇੱਕ ਅਹਿਮ ਮੀਟਿੰਗ ਕਰ ਰਹੇ ਨੇ ਸਭ ਤੋਂ ਪਹਿਲਾਂ ਉਸ ਬਾਰੇ ਜਾਣਦੇ ਸਾਂ ਜਿਹੜੀ ਅੱਜ ਜਲੰਧਰ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ ਉਸ ਬਾਰੇ ਦੱਸੋ ਅੱਜ ਅਸੀਂ ਜਲੰਧਰ ਵਿੱਚ ਆਪਣੇ ਸਾਰੇ ਜਿੰਨੇ ਵੀ ਹਲਕੇ ਨੇ ਵਿਧਾਨ ਸਭਾ ਦੇ ਉਹਨਾਂ ਦੀ ਮੀਟਿੰਗ ਛੱਦੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵਿਸ਼ੇਸ਼ ਤੌਰ ਤੇ ਸਵੇਰੇ ਸਾਨੂੰ ਇਹ ਆਪਣੇ ਦਿਸ਼ਾ ਨਿਰਦੇਸ਼ ਦੇ ਕੇ ਗਏ ਨੇ ਕਿ ਜਿਹੜੀ ਪਰਸੋਂ ਨੂੰ ਰੈਲੀ ਹੋ ਰਹੀ ਆ ਇੱਥੇ ਆਪਣੇ ਪਠਾਨਕੋਟ ਰੋਡ ਰੀਵੀ ਯੂਨੀਵਰਸਿਟੀ ਦੇ ਕੋਲ ਜਿਹੜੀ ਹੈਗੀ ਆ ਬਹੁਜ ਸमाज ਪਾਰਟੀ ਦੀ ਤੇ ਸ਼ਰਮਣੀ ਕਾਲੀ ਦਲ ਦੀ ਸਾਂਝੀ ਰੈਲੀ ਉਹਨੂੰ ਪ੍ਰੀ ਨਿਰਮਾਣ ਦਿਵਸ ਵਜੋਂ ਮਨਾਇਆ ਜਾਂਦਾ ਆਪਣੇ ਬਹੁਜ ਸमाज ਪਾਰਟੀ ਵੱਲੋਂ ਜਿਵੇਂ ਕਹਦੇ ਕਿ ਵਰਸੀ ਦਾ ਸਮਾਗਮ ਆ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦਾ ਬਹੁ ਕਾਂਚੀ ਰਾਮ ਜੀ ਬਹੁਤ ਵੱਡੇ ਮਹਾਨ ਨੇਤਾ ਹੋਏ ਨੇ ਦੇਸ਼ ਦੇ ਬੜੇ ਵੱਡੇ ਰਹਿਬਰ ਹੋਏ ਨੇ ਆਪਣੇ ਸਮਾਜ ਦੇ ਸੋ ਇਸ ਕਰਕੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੇ ਇੰਨੀ ਆਪਣੇ ਜਿਹੜੀ ਹੈਗੀ ਆ ਸੇਵਾ ਕਰਕੇ ਮਿਹਨਤ ਕਰਕੇ ਸੰਘਰਸ਼ ਕਰਕੇ ਐਡੀ ਵੱਡੀ ਉਹਨਾਂ ਨੇ ਇੱਕ ਜਮਾਤ ਖੜੀ ਕਰਤੀ ਆ ਜਿਹੜੀ ਕਿ ਕਾਂਗਰਸ ਸਮਝਦੀ ਸੀ ਕਿ ਸਾਡੀ ਆਪਣੀ ਵੋਟਾਂ ਸਾਡੀ ਜੇਬ 'ਚ ਆ ਚਾਹੇ ਉਹ ਆਪਣੇ ਸ਼ਡਿਊਲ ਕਾਸਟ ਵਰਗ ਹੋਵੇ ਜਾਂ ਪਛੜੇ ਵਰਗ ਹੋਵੇ ਜਾਂ ਕਬੀਲੇ ਹੋਣ ਜਾਂ ਜਨਰਲ ਵਰਗ ਵੀ ਹੋਵੇ ਸਾਰਿਆਂ ਦਾ ਉਹਨਾਂ ਨੇ ਕੰਮ ਕੀਤਾ ਸੋ ਇਸ ਕਰਕੇ ਅਕਾਲੀ ਦਲ ਦਾ BSP ਨਾਲ ਐਲਾਈਅੰਸ ਆ ਇਹ ਜਿਹੜੀ ਪਰਸੋਂ ਦੀ ਰੈਲੀ ਹੋਣ ਜਾ ਰਹੀ ਆ ਉਹਦੇ ਸਬੰਧ ਵਿੱਚ ਆ ਮੀਟਿੰਗ ਰੱਖੀ ਆ ਤੇ ਡਿਊਟੀ 'ਤੇ ਲਾਉਣ ਜਾ ਰਹੇ ਆ ਕਿ ਤਕੜੇ ਹੋ ਕੇ ਵੱਡੀ ਗਿਣਤੀ ਵਿੱਚ ਬੱਸਾਂ ਨਾਹੀਂ ਗੱਡੀਆਂ ਨਾਹੀਂ ਉਥੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਵਰਕਰ ਪਹੁੰਚਣ ਇਸ ਕਰਕੇ ਮੀਟਿੰਗ ਚੱਦੀ ਆ। ਇੱਕ ਬਟਾਲਾ ਸਾਹਿਬ ਬੀਤੇ ਦਿਨੀ ਜਿਹੜਾ ਹੈ ਕਿ ਆਪਣੇ ਜਿਹੜੇ ਪੰਜਾਬ ਦੀ ਸਿਆਸਤ ਦੇ ਜਿਹੜੇ ਬਾਬਾ ਬੋਰਡ ਬਣੇ ਜਾਂਦੇ ਸਨ ਸੇਵਾ ਸਿੰਘ ਸੇਖਵਾ ਜੀ ਅਕਾਲੀ ਦਲ ਚੀਰੋਂ ਦਾ ਕਾਫੀ ਲੰਮਾ ਸਮਾਂ ਰਹਿਆ ਉਹਦਾ ਬੀਤੇ ਦਿਨ ਦਿਹਾਂਤ ਹੋ ਗਿਆ ਸਰ ਇਸ ਬਾਰੇ ਤੁਹਾਡੇ ਬੜਾ ਅਫਸੋਸ ਹੈ ਜੀ ਸੇਖਵਾ ਜੀ ਆਪਾਂ ਨੂੰ ਛੱਡ ਕੇ ਚਲੇ ਗਏ ਤੇ ਉਹਨਾਂ ਦਾ ਬੇਵਕਤ ਦਿਹਾਂਤ ਹੋਇਆ ਅਕਾਲ ਪੁਰਖ ਦੇ ਚਰਨਾਂ ਵਿੱਚ ਜਬ ਰਜੇ ਨੇ ਸਾਨੂੰ ਬਹੁਤ ਇਸ ਗੱਲ ਦਾ ਦੁੱਖ ਹੈ ਅਸੀਂ ਹਮਦਰਦੀ ਜ਼ਾਹਰ ਕਰਦੇ ਹਾਂ ਸਾਰੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਬਜ਼ੁਰਗ ਬੜੇ ਮਹਾਨ ਨੇਤਾ ਸੀਗੇ ਕਿਸੇ ਵੇਲੇ ਅਕਾਲੀ ਦਲ ਦੀ ਵੀ ਉਹਨਾਂ ਨੇ ਸੇਵਾ ਕੀਤੀ ਹੈ ਪ੍ਰਧਾਨਗੀ ਕੀਤੀ ਹੈ ਜੈਹਦਰ 우ਜਾਗਰ ਸਿੰਘ ਜੀ ਸ਼ੇਖਵਾਨ ਸਾਹਿਬ ਬੜੇ ਸਾਦੇ ਤੇ ਬੜੇ ਸੰਘਰਸ਼ੀਲ ਆਪਣੇ ਜੈਹਦਰ ਸਨ ਪੰਥ ਦੇ ਲੀਡਰ ਸਨ ਸੋ ਇਹ ਵੀ ਸ਼ੇਖਵਾਨ ਸਾਹਿਬ ਦਾ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ ਆਪਣੇ ਸਿੱਖ ਪੰਥ ਲਈ ਅਕਾਲੀ ਦਲ ਲਈ ਸਮਾਜ ਲਈ ਜਾਂ ਆਪਣੇ ਇਲਾਕੇ ਵਾਸਤੇ ਤੇ ਇਸ ਗੱਲ ਦਾ ਬੜਾ ਘਟਾ ਆ ਸਾਰੇ ਪਰਿਵਾਰ ਨੂੰ ਤਾਂ ਅਸੀਂ ਵੀ ਮਹਿਸੂਸ ਕਰਦੇ ਆ ਕਿ ਇਹ ਸਮਾਂ ਨਹੀਂ ਸੀ ਸ਼ੇਖਮਉ ਸਾਹਿਬ ਦਾ ਜਾਣ ਦਾ ਉਹਨਾਂ ਦੇ ਦੇਹਾਂਤ ਦੇ ਨਾਲ ਬਹੁਤ ਵੱਡਾ ਘਾਟਾ ਪਿਆ ਸਿਆਸੀ ਖੇਤਰ ਵਿੱਚ ਤੇ ਸਮਾਜਿਕ ਖੇਤਰ ਵਿੱਚ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਅੱਜ ਇੱਕ ਵਾਰ ਫੇਰ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਐਕਟਿਵ ਦੇਖੇ ਨੇ ਤੁਹਾਡਾ ਉਸ ਬਾਰੇ ਕੀ ਕਿਹਾ ਅੱਜ ਦਾ ਇੱਕ ਕਾਫਲਾ ਲੈ ਕੇ ਗਏ ਨੇ ਲਕੀਮਪੁਰ ਖੇਰੀਵਾਲੋਂ ਉਸ ਦਾ ਤੁਹਾਡਾ ਚਲੋ ਨਵਜੋਤ ਸਿੰਘ ਸਿੱਧੂ ਦੀ ਆਪਣੀ ਜ਼ਿੰਮੇਵਾਰੀ ਹੈ ਜੇ ਉਹਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਤੇ ਉਹ ਤਾਂ ਚਲੋ ਪਹਿਲਾਂ ਤਾਂ ਨਰਾਜ਼ ਹੋ ਗਏ ਸੀਗੇ ਹੁਣ ਉਹ ਆਪਣੇ ਪ੍ਰਿਯੰਕਾ ਗਾਂਧੀ ਜੀ ਨੂੰ ਫੜਿਆ ਤੇ ਉਹਦੇ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪ੍ਰਿਯੰਕਾ ਗਾਂਧੀ ਨੂੰ ਛਡਾਉਣ ਜਾਵਾਂਗੇ ਚਾ ਲਖੀਮਪੁਰ ਖੇੜੀ ਵੀ ਜਾਣਗੇ ਪਰ ਇਹਦਾ ਉਹਨਾਂ ਦਾ ਆਪਣਾ ਜਿਹੜਾ ਹੈਗਾ ਕੰਮ ਹੈ ਉਹਨਾਂ ਦਾ ਆਪਣਾ ਸਿਲਸਿਲਾ ਲੇਕਿਨ ਉਹਨਾਂ ਦੀ ਜਿਹੜੀ ਆਪਸ ਵਿੱਚ ਤਾਲਮੇਲ ਆਪਸ ਵਿੱਚ ਚਨਾਉ ਦਾ ਜਿਹੜਾ ਹੈਗਾ ਆ ਇੱਕ ਦੂਜੇ ਨਾਲ ਸਾਥ ਇਹਨੂੰ ਕੋਆਰਡੀਨੇਸ਼ਨ ਜਾਂ ਕੋਆਪਰੇਸ਼ਨ ਕਿਤੇ ਦੇਖਣ ਨੂੰ ਮਿਲਦੀ ਨਹੀਂ ਆਪਣੇ ਮੁੱਖ ਮੰਤਰੀ ਸਾਹਿਬ ਵੱਖਰਾ ਕੰਮ ਕਰ ਰਹੇ ਆ ਪ੍ਰਧਾਨ ਵਖਰਾ ਕੰਮ ਕਰ ਰਿਹਾ ਸੋ ਜਿਹੜੀ ਧੜੇਬੰਦੀ ਆ ਉਹ ਤਾਂ ਜਿਉਂ ਦੀ ਤਿਉ ਹੀ ਹੈਗੀ ਹੈ ਕਾਂਗਰਸ ਪਾਰਟੀ ਦੀ ਤੇ ਜਿਹੜੀ ਉਹ ਆਪਣੇ ਲਖੀਮਪੁਰ ਖੇੜੀ ਵਿੱਚ ਕੋਈ ਵੀ ਪਾਰਟੀ ਜਾਂਦੀ ਆ ਕੋਈ ਵੀ ਆਪਣਾ ਸੰਸਥਾ ਜਾਂਦੀ ਆ ਉਹਨੂੰ ਜਾਣਾ ਚਾਹੀਦਾ ਆ ਕਿਸਾਨਾਂ ਦਾ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਹੈ ਕਿਸਾਨਾਂ ਦਾ ਖੜੇ ਹੋਣਾ ਚਾਹੀਦਾ ਚਾਹੇ ਕੋਈ ਪਾਰਟੀ ਹੋਵੇ ਇਸ ਗੱਲ ਦਾ ਤਾਂ ਬਹੁਤ ਚੰਗੀ ਗੱਲ ਆ ਪਰ ਜਿਹੜੀ ਆਪਣੇ ਕਾਂਗਰਸ ਦੀ ਉਹਨਾਂ ਦੀ ਅੰਦਰੂਨੀ ਪੋਲਿਟਿਕਸ ਸਥਿਤੀ ਆ ਉਹ ਬੜੀ ਹੈਗੀ ਆ ਬਹੁਤ ਜ਼ਿਆਦਾ ਕਮਜ਼ੋਰ ਆ ਪਾਟੋ ਤਾੜ ਵਾਲੀ ਆ ਬੜੇ ਉਹਨਾਂ ਦੇ ਧੜੇ ਆ ਤੇ ਉਹ ਇਨੀ ਜਲਦੀ ਉਹ ਤੜੇ ਇਕੱਠੇ ਨਹੀਂ ਹੋ ਸਕਦੇ ਤੇ ਫਿਰ ਪੰਜਾਬ ਨੂੰ ਕੀ ਆਸ ਹੈ ਜਦ ਆਪ ਆਪ ਨਾ ਕਰੀ ਨਹੀਂ ਇਕੱਠਾ ਉਹਨਾਂ ਦਾ ਤੇ ਪੰਜਾਬ ਵਾਸਤੇ ਕੀ ਕਰਨਗੇ ਨਵਜੋਤ ਸਿੰਘ ਸਿੱਧੂ ਦਾ ਦੇਖ ਲਿਆ ਲੋਕਾਂ ਨੇ ਜਿਹੜਾ ਉਹਨਾਂ ਦਾ ਕਰਿਸ਼ਮਾ ਸੀਗਾ ਪਹਿਲਾਂ ਉਹ ਜਿਹੜੀ ਅਪੀਲ ਸੀਗੀ ਉਹ ਕਾਫੀ ਹੁਣ ਉਹ ਡਿਮ ਹੋ ਗਈ ਆ ਕਾਫੀ ਮੱਦਮ ਹੋ ਗਈ ਆ ਬਾਕੀ ਉਹਨਾਂ ਦਾ ਸਮਝ ਦੱਸੂਗਾ ਕੀ ਕਰਦੇ ਕੀ ਨਹੀਂ ਕਰਦੇ ਕਮੇਟੀ ਬਣਾਉਣ ਦਾ ਇੱਕੋ ਹੀ ਮੰਤਵ ਆ ਕਿ ਜਿਹੜਾ ਨਾ ਇਨਸਾਫ ਨੂੰ ਆਪਣੇ ਡਿਲੇ ਕੀਤਾ ਜਾਵੇ ਇਨਸਾਫ ਨੂੰ ਆਪਣੇ ਅੱਗੇ ਪਾ ਦਿੱਤਾ ਜਾਵੇ ਕਰਕੇ ਜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਪਣੇ ਮੈਂਚਰ ਆਹੀਂ ਉਹਦੀ ਸੁਣਵਾਈ ਕਰ ਰਹੇ ਆ ਤੇ ਫਿਰ ਆਪਣੇ ਉਹ ਉਹ ਗਾਹਕੋ ਕਮੇਟੀ ਬਣਾਉਣ ਦੀ ਲੋੜ ਹੈਗੀ ਆ ਇਹ ਵੀ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਦੇ ਉਹਦੇ ਚੀਫ ਜਸਟਿਸ ਦੇ ਆਪਣੇ ਸੂਅ ਮੋਟੋ ਉਹਨਾਂ ਨੇ ਉਹਨੂੰ ਪਬਲਿਕ ਇੰਟਰਸਟ ਲਿਟੀਗੇਸ਼ਨ ਆਪ ਉਹਨਾਂ ਨੇ ਦਾਖਲ ਕੀਤੀ ਹੈ ਸੁਪਰੀਮ ਕੋਰਟ ਵਿੱਚ ਉਹਨੂੰ ਆਪਣੇ ਕਰਨ ਨੂੰ ਡਿਲੇ ਕਰਨ ਨੂੰ ਇਹ ਉਹਦੇ ਆਪਣੇ ਬਰਾਬਰ ਤੇ ਇੱਕ ਇਨਕੁਆਇਰੀ ਖੜੀ ਕਰਨ ਨੂੰ ਇਹ ਯੋਗੀ ਦਿੱਤਿਆਨਾਥ ਨੇ ਕੰਮ ਹੀ ਕੀਤਾ ਆ ਜਿਹੜਾ ਕਿ ਬਣਦਾ ਨਹੀਂ ਜੇ ਸੁਪਰੀਮ ਕੋਰਟ ਹੀ ਆਪਣੇ ਇਨਕੁਆਇਰੀ ਕਰ ਰਹੀ ਆ ਤੇ ਫਿਰ ਕਮਿਸ਼ਨ ਦੀ ਕੀ ਲੋੜ ਆ ਨਿਆਂਇਕ ਜਾਂਚ ਕਮਿਸ਼ਨ ਬਣਾਇਆ ਗਿਆ ਮੈਂ ਬੋਲੋ ਇੱਕ ਮਿੰਟ ਨਹੀਂ ਪਹਿਲਾਂ ਇਹਨਾਂ ਨੂੰ ਉਹਨਾਂ ਨੂੰ ਵੇਟ ਕਰਨਾ ਚਾਹੀਦਾ ਸੀਗਾ ਕਿ ਸੁਪਰੀਮ ਕੋਰਟ ਦਾ ਕੀ ਫੈਸਲਾ ਹੁੰਦਾ ਆ ਇੱਕ ਪਾਸੇ ਸੁਪਰੀਮ ਕੋਰਟ ਕੰਮ ਕਰ ਰਹੀ ਆ ਦੂਜੇ ਪਾਸੇ ਤੁਸੀਂ ਆਪਣੀ ਜੁਡੀਸ਼ੀਅਲ ਇਨਕੁਆਇਰੀ ਖੋਲਦੀ ਆ ਵੈਸੇ ਨਹੀਂ ਇਹ ਤਾਂ ਆਪਣੇ ਆਪ ਸੁਪਰੀਮ ਕੋਰਟ ਦੀ ਤੋਹਫੀਨ ਕਰ ਰਹੇ ਆ ਸੁਪਰੀਮ ਸੁਪਰੀਮ ਕੋਰਟ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਪਹਿਲਾ ਸੁਪਰੀਮ ਕੋਰਟ ਦਾ ਜਿਹੜੀ ਜਜਮੈਂਟ ਜਿਹੜਾ ਫੈਸਲਾ ਆਉਂਦਾ ਉਹਦੀ ਵੇਟ ਕਰਨੀ ਚਾਹੀਦੀ ਆ ਯੂਪੀ ਸਰਕਾਰ ਨੂੰ ਆਫਟਰ ਦੈਟ ਜੇ ਲੋਡ ਪਵੇ ਜੇ ਉਹਨਾਂ ਨੂੰ ਲੋਡ ਸਮਝਣ ਠੀਕ ਹੈ ਉਹਨਾਂ ਦੀ ਮਰਜ਼ੀ ਉਹਨਾਂ ਦੀ ਸਰਕਾਰ ਆ ਉਹ ਨਿਆਗ ਜਾਂਚ ਕਰ ਸਕਦੇ ਆ ਪਰ ਜਿਹੜੀਆਂ ਵੀਡੀਓਜ਼ ਆਈਆਂ ਜਿਹੜੀਆਂ ਸਾਰੀਆਂ ਮੀਡੀਆ ਤੇ ਦੇਖ ਰੇ ਸਾਰੀ ਦੁਨੀਆ ਦੇਖ ਰਹੀ ਆ ਉਹਦੇ ਤੋਂ ਚਾਹੀਦਾ ਕਿ ਜਿਹੜਾ ਆਪਣੇ ਉੱਥੇ ਦਾ ਮੰਤਰੀ ਮਿਸ਼ਰਾ ਆ ਜਿਹੜਾ ਉਹਦਾ ਬੇਟਾ ਆ ਅਲੋਕ ਮਿਸ਼ਰਾ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਜਿੰਨੇ ਵੀ ਗੱਡੀਆਂ ਵਿੱਚ ਸੀਗੇ ਨਾਲ ਬੰਦੇ ਉਹ ਗ੍ਰਿਫਤਾਰ ਹੋਣੇ ਚਾਹੀਦੇ ਆ ਤਹ ਜਿਹੜਾ ਮੰਤਰੀ ਹ ਮਿਸ਼ਰਾ ਉਹਨੂੰ ਅਸਤੀਫਾ ਦੇਣਾ ਚਾਹੀਦਾ ਜਾਂ ਉਹਨੂੰ ਆਪਣੇ ਸਰਕਾਰ ਤੋਂ ਬਰਖਾਸਤ ਕਰਨਾ ਚਾਹੀਦਾ ਕੱਢਣਾ ਚਾਹੀਦਾ ਉਹਨੂੰ ਜੀ ਸਰ ਇੱਕ ਅਖੀਰ ਦੇ ਵਿੱਚ ਬੀਤੇ ਦਿਨੀ ਜਿਹੜੇ ਕਿ ਕੈਬਨਿਟ ਮੰਤਰੀ ਰਾਜਕੁਮਾਰ ਵਰਕਾ ਜਲੰਧਰ ਪੁੱਜੇ ਸਨ ਉੱਥੇ ਜ ਉਹਨਾਂ ਦਾ ਏ ਕਿਨਾਂ ਸੀ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਕੋਟਲੇ ਦੇੜੇ ਰੁਪਈਏ ਨੇ ਦੋਸ਼ੀ ਨੇ ਉਹ ਬਹੁਤ ਜਲਦੀ ਹਿਰਾਸਤ ਦੇ ਵਿੱਚ ਹੋਣਗੇ ਇਸ ਲੱਖਾਂ ਦੇ ਅੰਦਰ ਹੋਣਗੇ ਬਹੁਤ ਚੰਗੀ ਗੱਲ ਹੈ ਜੀ ਜੇ ਵਰਕਾ ਜੀ ਨੇ ਇਹ ਗੱਲ ਕਹੀ ਆ ਅਕਾਲੀ ਦਲ ਤਾਂ ਬਹੁਤ ਚਿਰਾਂ ਤੋਂ ਇਹਦੀ ਮੰਗ ਕਰ ਰਿਆ ਐਨੇ ਅਜ ਧਰ ਨਹੀਂ ਦਿੱਤੇ ਅਸੀਂ ਬਾਰ ਵੀ ਅਸੈਂਬਲੀ ਦੇ ਵਿੱਚ ਵੀ ਇਹਦਾ ਇਸ ਗੱਲ ਦਾ ਵਿਰੋਧ ਕੀਤਾ ਆਵਾਜ਼ ਠਾਈ ਉਹ ਜਿਹੜੇ ਆਪਣੇ ਭਾਈਚਾਰਿਆਂ ਦੇ ਬੱਚੇ ਆ ਐਸਸੀ ਵਰਗ ਦੇ ਬੱਚੇ ਜਾਂ ਬੈਕਗ੍ਰਾਉਂਡ ਕਲਾਸ ਦੇ ਬੱਚੇ ਆ ਜਿਨ੍ਹਾਂ ਨੂੰ ਵਜੀਫਾ ਨਾ ਮਿਲਣ ਕਰਕੇ ਡਿਗਰੀਆਂ ਨਹੀਂ ਮਿਲੀਆਂ ਐਡਮਿਸ਼ਨਸ ਨਹੀਂ ਮਿਲੀ ਉਹਨਾਂ ਨੂੰ ਆਪਣੇ ਜਿਹੜੇ ਹੈਗਾ ਡਿਟੇਲ ਮਾਰਕ ਸ਼ੀਟਾਂ ਨਹੀਂ ਮਿਲੀਆਂ ਇਹਨਾਂ ਨੂੰ ਨੁਕਸਾਨ ਹੋਇਆ ਪੰਜਾਬ ਦੇ ਬੱਚਿਆਂ ਦਾ ਤੇ ਪਰ ਜੇ ਉਹ ਚਾਹੁੰਦਾ ਆ ਰਾਜਕਮਰ ਵੇਰਕਾ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਅੰਦਰ ਕਰਨਾ ਤੇ ਜਿਹੜੀ ਆਪਣੇ ਉਹਦੇ ਉਸ ਡਿਪਾਰਟਮੈਂਟ ਦੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਸੈਕਟਰੀ ਨੇ ਆਪਣੀ ਇਨਕੁਆਇਰੀ ਕਰਕੇ ਤੇ ਸਾਧੂ ਸਿੰਘ ਧਰਮਸੋਟ ਨੂੰ ਦੋਸ਼ੀ ਪਾਇਆ ਸੀਗਾ ਤੇ ਸਭ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਟ ਅੰਦਰ ਜਾਣਾ ਚਾਹੀਦਾ ਜੇ ਸਾਧੂ ਸਿੰਘ ਧਰਮਸੋਟ ਅੰਦਰ ਚਲਾ ਗਿਆ 댓 ਮੀਨਸ ਵੀਰਕਾ ਸਾਹਿਬ ਜੋ ਕਹਿ ਰਹੇ ਆ ਉਹਦੇ ਕਥਨੀ ਤੇ ਕਰਨੀ ਦੇ ਪੱਕੇ ਨੇ ਪਰ ਜੇ ਕਹਿਣ ਕੋਸ਼ ਤੇ ਕਰਨ ਕੋਸ਼ ਉਹ ਲੋਕਾਂ ਨੇ ਨਹੀਂ ਉਹਨੂੰ ਮੰਨਣਾ ਸੋ ਸਾਧੂ ਸਿੰਘ ਅੰਦਰ ਜਾਣਾ ਚਾਹੀਦਾ ਤਾਂ ਫਿਰ ਲੋਕ ਮੰਨਣਗੇ ਵੀ ਠੀਕ ਆ ਇਹ ਜਿਹੜੀ ਕਾਂਗਰਸ ਸਰਕਾਰ ਆ ਇਹਨੇ ਜਿਹੜੇ ਵਿਚਾਰੇ ਆਪਣੇ ਸੀਗੇ ਭਾਈਚਾਰਿਆਂ ਦੇ ਬੱਚੇ ਜਾਂ ਗਰੀਬ ਪਰਿਵਾਰਾਂ ਦੇ ਬੱਚੇ ਉਹਨਾਂ ਦੀ ਵੀ ਇਹਨੇ ਸਾਰ ਲਈ ਹੈ ਸਰਕਾਰ ਨੇ ਉਹਨਾਂ ਦੀ ਬਾਹ ਫੜੀ ਆ ਉਹਨਾਂ ਨੂੰ ਇਨਸਾਫ ਮਿਲਿਆ ਤੇ ਇਹ ਜੇ ਕਰੂਗਾ ਤਾਂ ਫਿਰ ਆਪਾਂ ਨੂੰ ਪਤਾ ਲੱਗੂਗਾ ਸੋ ਇਹ ਸੰ ਸਾਡੇ ਨਾਲ ਸ਼੍ਰੋਮਣੀ ਕਾਲੇਦਲ ਦੇ ਸੀਨੀਅਰ ਅਗੂ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੇ ਜਿਹੜਾ ਹੈ ਕਿ ਜਿਹੜੀ ਇੱਕ ਲਖੀਮਪੁਰ ਖੇਰੀ ਹਿੰਸਾ ਦੀ ਜਿਹੜੀ ਦੇ ਸੰਬੰਧ ਦੇ ਵਿੱਚ ਜਿਹੜੀ ਇੱਕ ਮੈਂਬਰੀ ਨਿਆਇਕ ਕਮਿਸ਼ਨ ਜਿਹੜਾ ਬਣਾਇਆ ਗਿਆ ਉਸ ਤੇ ਸਵਾਲ ਚੁੱਕੇ ਨੇ ਇਹਨਾਂ ਦਾ ਇਹ ਕਹਿਣਾ ਸੀ ਜੇ ਵਾਕਈ ਨਹੀਂ ਆਇਆ ਕਮਿਸ਼ਨ ਬਣਾਉਣਾ ਸੀ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਕਿ ਸੁਪਰੀਮ ਕੋਰਟ ਦੇ ਜਿਹੜੇ ਆ ਨਿਰਦੇਸ਼ ਜਾਂ ਉਹਨਾਂ ਵੱਲੋਂ ਜਿਹੜੇ ਲਏ ਫੈਸਲੇ ਦੀ ਇੰਤਜ਼ਾਰ ਕਰਨੀ ਚਾਹੀਦੀ ਸੀ ਦੂਸਰੇ ਪਾਸੇ ਜਿਹੜਾ ਹੈ ਕਿ ਗੁਰਪ੍ਰਤਾਪ ਸਿੰਘ ਮਡਲਾਵਾ ਦਾ ਇਹ ਕਹਿਣਾ ਸੀ ਕਿ ਜੇ ਵਾਕਈ ਹੀ ਰਾਜਕੁਮਾਰ ਵੇਰਕਾ ਜਿਹੜੇ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਦੋਸ਼ੀਆਂ ਨੂੰ ਹਿਰਾਸਤ ਦੇ ਵਿੱਚ ਲੈ ਜਾਣਾ ਚਾਹੁੰਦੇ ਨੇ ਸ ਲੱਖਾਂ ਦੇ ਪਿੱਛੇ ਲੈ ਜਾਣਾ ਚਾਹੁੰਦੇ ਨੇ ਤੇ ਸਭ ਤੋਂ ਪਹਿਲਾਂ ਜਿਹੜਾ ਹੈ ਕਿ ਉਹ ਜਿਹੜੇ ਨੇ ਸੰਬੰਧਤ ਜਿਹੜੇ ਮੰਤਰੀ ਸਨ ਉਸ ਵੇਲੇ ਦੇ ਸਾਧੂ ਸਿੰਘ ਧਰਮਸੋਤ ਉਹਨਾਂ ਨੂੰ ਜਿਹੜਾ ਹੈ ਕਿ ਹਿਰਾਸਤ ਵਿੱਚ ਲੈਣ ਉਹਨਾਂ ਲਈ ਜਿਹੜੇ ਕਿ ਨਿਰਦੇਸ਼ ਜਾਰੀ ਕਰਨ ਤਾਂ ਕਿ ਪਤਾ ਲੱਗ ਸਕੇ ਕਿ ਉਹਨਾਂ ਦੀ ਕਥਨੀ ਕਰਨੀ ਦੇ ਵਿੱਚ ਕੋਈ ਫਰਕ ਨਹੀਂ ਹੈ ਚਿਰਾਗ ਸ਼ਰਮਾ ਅਜੀਤ ਵੈਬ ਟੀਵੀ ਚਲੰਦਰ